ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਧ ਸੁਖ ਸਾਚਾ ਨਾਮ ਮੇਰਾ ਆਧਾਰੋ ਵਾਜ ਪੰਜ ਸਬਦ ਚਿਤ ਕਰ ਸਭਾ ਸ਼ੁਕਰਾਨਾ ਕੀਤਾ ਜੀ ਅਤੇ ਅਰਸਾ ਚਿਰ ਹੋ ਗਿਆ ਸੀ, ਮੌਕਾ ਨਹੀਂ ਲੱਗਿਆ ਸੀ ਕਿ ਆਏ ਦਰਸ਼ਨ ਕਰਨ ਆਏ। ਬਹੁਤ ਚੰਗਾ ਲੱਗਿਆ, ਬਹੁਤ ਚੰਗਾ ਹਮੇਸ਼ਾ ਲੱਗਦਾ। ਅਤੇ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਵੀ ਪਰਮਾਤਮਾ ਹੀ ਬੁਲਾਉਂਦਾ, ਜਦੋਂ ਉਹ ਬੁਲਾਉਂਦਾ ਉਦੋਂ ਹੀ ਆਉਂਦਾ ਬੰਦਾ। ਕਾਫੀ ਵਧੀਆ ਪ੍ਰੋਜੈਕਟ ਦਿੱਤੇ ਨੇ ਇੰਡਸਟਰੀ ਨੂੰ, ਆਉਣ ਵਾਲੇ ਪ੍ਰੋਜੈਕਟ ਵਾਸਤੇ ਕੀ ਪਲੈਨਿੰਗ ਹੈ? ਜਿਹੜੇ ਤੁਹਾਡੇ ਫੈਨਸ ਸੁਣਨਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ, ਕਿਹੜੇ ਪ੍ਰੋਜੈਕਟ ਆਉਣ ਵਾਲੇ ਨੇ ਹੋਣਾ ਚਾਹੀਦਾ? ਅਸਲ ਦੋ ਤਿੰਨ ਫਿਲਮਾਂ ਨੇ ਜੀ ਹਿੰਦੀ 'ਚ, ਉਹ ਆਉਣਗੀਆਂ ਅਤੇ ਪੰਜਾਬੀ ਦੀ ਸ਼ੂਟਿੰਗ ਸਟਾਰਟ ਹੋਊਗੀ ਛੇਤੀ, ਹੋਪਫੁਲੀ। ਫਿਟਨੈਸ ਦਾ ਰਾਜ ਕੀ ਆ ਹੁਣ ਤੱਕ? ਮੈਂ ਪੂਰਾ ਇੱਕਦਮ ਆਪਣੇ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ। ਫਿਟਨੈਸ ਦਾ ਕੋਈ ਰਾਜ ਨਹੀਂ, ਮਿਹਨਤ ਕਰੀਦੀ ਹੈ, ਦੈਟਸ ਇਟ। ਨੌਜਵਾਨਾਂ ਨੂੰ ਕੀ ਅਪੀਲ ਕਰਦੇ ਕਿ ਅੱਜ ਕੱਲ੍ਹ ਦਾ ਜੇ ਗੱਲ ਕਰੀਏ ਤਾਂ ਨਸ਼ਾ ਕਰਕੇ ਬਹੁਤ ਜਿਹੜੇ ਗਰਕ ਹੋ ਚੁੱਕੇ ਨੇ, ਨਸ਼ਿਆਂ ਦੇ ਵਿੱਚ ਨੌਜਵਾਨ ਜਾ ਚੁੱਕੇ ਆ, ਉਹਨਾਂ ਨੂੰ ਕਿਵੇਂ ਕੱਢਿਆ ਜਾਵੇ? ਕਿਉਂਕਿ ਬਾਕੀ ਸਭ ਜਗ੍ਹਾ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ, ਤੁਹਾਡੇ ਤੁਹਾਨੂੰ ਦੇਖ ਕੇ ਵੀ ਕਈ ਕਰਦੇ ਨੇ ਆਪਣੇ ਆਪ ਨੂੰ ਤਿਆਰ, ਕੀ ਅਪੀਲ ਕਰਦੇ ਹੋ ਨੌਜਵਾਨਾਂ ਨੂੰ? ਮੈਂ ਹਮੇਸ਼ਾ ਇਹ ਕਹਿੰਦਾ ਜੀ, ਲਾਈਫ ਜਿਹੜੀ ਹੈ ਨਾ ਜ਼ਿੰਦਗੀ, ਉਹ ਸੌਖੀ ਨਹੀਂ ਕਿਸੇ ਲਈ ਵੀ, ਸੌਖੀ ਨਹੀਂ ਹੁੰਦੀ। ਸੋ ਹਾਰ ਨਹੀਂ ਮੰਨਣੀ ਚਾਹੀਦੀ ਹੈ, ਜੋ ਤੁਸੀਂ ਸੋਚਿਆ ਹੋਇਆ ਵੀ ਮੈਂ ਮਿਹਨਤ ਕਰੂੰਗਾ, ਸਾਰਾ ਕੁਝ ਕਰੂੰਗਾ, ਮਿਹਨਤ ਕਰੋ, ਮਿਹਨਤ ਕਰੋਗੇ ਕਿਸੇ ਨਾ ਕਿਸੇ ਦਿਨ ਕੁਛ ਨਾ ਕੁਛ ਜ਼ਰੂਰ ਹੋਊਗਾ, ਕਿਸੇ ਨਾ ਕਿਸੇ ਮੁਕਾਮ 'ਤੇ ਜ਼ਰੂਰ ਪਹੁੰਚੋਗੇ। ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਵਾਜ ਪੰਜ ਸਬਦ ਚਿਤ ਕਰ ਸਭਾ ਸ਼ੁਕਰਾਨਾ ਕੀਤਾ ਜੀ ਅਤੇ ਅਰਸਾ ਚਿਰ ਹੋ ਗਿਆ ਸੀ, ਮੌਕਾ ਨਹੀਂ ਲੱਗਿਆ ਸੀ ਕਿ ਆਏ ਦਰਸ਼ਨ ਕਰਨ ਆਏ। ਬਹੁਤ ਚੰਗਾ ਲੱਗਿਆ, ਬਹੁਤ ਚੰਗਾ ਹਮੇਸ਼ਾ ਲੱਗਦਾ। ਅਤੇ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਵੀ ਪਰਮਾਤਮਾ ਹੀ ਬੁਲਾਉਂਦਾ, ਜਦੋਂ ਉਹ ਬੁਲਾਉਂਦਾ ਉਦੋਂ ਹੀ ਆਉਂਦਾ ਬੰਦਾ। ਕਾਫੀ ਵਧੀਆ ਪ੍ਰੋਜੈਕਟ ਦਿੱਤੇ ਨੇ ਇੰਡਸਟਰੀ ਨੂੰ, ਆਉਣ ਵਾਲੇ ਪ੍ਰੋਜੈਕਟ ਵਾਸਤੇ ਕੀ ਪਲੈਨਿੰਗ ਹੈ? ਜਿਹੜੇ ਤੁਹਾਡੇ ਫੈਨਸ ਸੁਣਨਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ, ਕਿਹੜੇ ਪ੍ਰੋਜੈਕਟ ਆਉਣ ਵਾਲੇ ਨੇ ਹੋਣਾ ਚਾਹੀਦਾ? ਅਸਲ ਦੋ ਤਿੰਨ ਫਿਲਮਾਂ ਨੇ ਜੀ ਹਿੰਦੀ 'ਚ, ਉਹ ਆਉਣਗੀਆਂ ਅਤੇ ਪੰਜਾਬੀ ਦੀ ਸ਼ੂਟਿੰਗ ਸਟਾਰਟ ਹੋਊਗੀ ਛੇਤੀ, ਹੋਪਫੁਲੀ। ਫਿਟਨੈਸ ਦਾ ਰਾਜ ਕੀ ਆ ਹੁਣ ਤੱਕ? ਮੈਂ ਪੂਰਾ ਇੱਕਦਮ ਆਪਣੇ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ। ਫਿਟਨੈਸ ਦਾ ਕੋਈ ਰਾਜ ਨਹੀਂ, ਮਿਹਨਤ ਕਰੀਦੀ ਹੈ, ਦੈਟਸ ਇਟ। ਨੌਜਵਾਨਾਂ ਨੂੰ ਕੀ ਅਪੀਲ ਕਰਦੇ ਦੱਸਣਾ ਚਾਹੁੰਦੇ ਕਿ ਅੱਜ ਕੱਲ੍ਹ ਦਾ ਜੇ ਗੱਲ ਕਰੀਏ ਤਾਂ ਨਸ਼ਾ ਕਰਕੇ ਬਹੁਤ ਜਿਹੜੇ ਗਰਕ ਹੋ ਚੁੱਕੇ ਨੇ, ਨਸ਼ਿਆਂ ਦੇ ਵਿੱਚ ਨੌਜਵਾਨ ਜਾ ਚੁੱਕੇ ਆ, ਉਹਨਾਂ ਨੂੰ ਕਿਵੇਂ ਕੱਢਿਆ ਜਾਵੇ? ਕਿਉਂਕਿ ਬਾਕੀ ਸਭ ਜਗ੍ਹਾ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ, ਤੁਹਾਡੇ ਤੁਹਾਨੂੰ ਦੇਖ ਕੇ ਵੀ ਕਈ ਕਰਦੇ ਨੇ ਆਪਣੇ ਆਪ ਨੂੰ ਤਿਆਰ, ਕੀ ਅਪੀਲ ਕਰਦੇ ਹੋ ਨੌਜਵਾਨਾਂ ਨੂੰ? ਮੈਂ ਹਮੇਸ਼ਾ ਇਹ ਕਹਿੰਦਾ ਜੀ, ਲਾਈਫ ਜਿਹੜੀ ਹੈ ਨਾ ਜ਼ਿੰਦਗੀ, ਉਹ ਸੌਖੀ ਨਹੀਂ ਕਿਸੇ ਲਈ ਵੀ, ਸੌਖੀ ਨਹੀਂ ਹੁੰਦੀ। ਸੋ ਹਾਰ ਨਹੀਂ ਮੰਨਣੀ ਚਾਹੀਦੀ ਹੈ, ਜੋ ਤੁਸੀਂ ਸੋਚਿਆ ਹੋਇਆ ਵੀ ਮੈਂ ਮਿਹਨਤ ਕਰੂੰਗਾ, ਸਾਰਾ ਕੁਝ ਕਰੂੰਗਾ, ਮਿਹਨਤ ਕਰੋ, ਮਿਹਨਤ ਕਰੋਗੇ ਕਿਸੇ ਨਾ ਕਿਸੇ ਦਿਨ ਕੁਛ ਨਾ ਕੁਛ ਜ਼ਰੂਰ ਹੋਊਗਾ, ਕਿਸੇ ਨਾ ਕਿਸੇ ਮੁਕਾਮ 'ਤੇ ਜ਼ਰੂਰ ਪਹੁੰਚੋਗੇ।